ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੁੱਖ ਬਾਠ ਅਤੇ ਤੁਸੀਂ ਦੇਖ ਰਹੇ ਹੋ ਲਾਹੌਰੀ ਰਿਕਾਰਡਸ ਯੂਟਿਊਬ ਚੈਨਲ। ਦੋਸਤੋ, ਤੁਸੀਂ ਕਦੇ ਸੋਚਿਆ ਹੈ ਕਿ ਸਕੂਲ ਬੱਸ ਜਾਂ ਫਿਰ ਸਕੂਲ ਵੈਨ ਹਮੇਸ਼ਾ ਯੈਲੋ ਕਲਰ ਦੀ ਹੀ ਕਿਉਂ ਹੁੰਦੀ ਹੈ? ਸੋ ਦੋਸਤੋ, ਅੱਜ ਤੁਹਾਨੂੰ ਅਸੀਂ ਇਸੇ ਦਾ ਕਾਰਨ ਦੱਸਾਂਗੇ, ਵੀਡੀਓ ਨੂੰ ਲਾਸਟ ਤੱਕ ਦੇਖਣਾ। ਸੋ ਦੋਸਤੋ, ਅੱਜ ਤੁਹਾਨੂੰ ਅਸੀਂ ਇਸ ਵੀਡੀਓ ਦੇ ਜ਼ਰੀਏ ਇਸ ਤੋਂ ਜਾਣੂ ਕਰਵਾਵਾਂਗੇ ਕਿ ਸਕੂਲ ਬੱਸ ਜਾਂ ਸਕੂਲ ਵੈਨ ਦਾ ਰੰਗ ਹਮੇਸ਼ਾ ਪੀਲਾ ਹੀ ਕਿਉਂ ਹੁੰਦਾ ਹੈ। ਸੋ ਆਓ ਦੋਸਤੋ, ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ, ਸਕੂਲ ਬੱਸ ਵਾਈਟ ਵੀ ਹੋ ਸਕਦੀ ਹੈ, ਰੈੱਡ ਵੀ ਹੋ ਸਕਦੀ ਹੈ, ਗ੍ਰੀਨ ਵੀ ਹੋ ਸਕਦੀ ਹੈ ਅਤੇ ਬਲੂ ਵੀ ਹੋ ਸਕਦੀ ਹੈ, ਪਰ ਸਕੂਲ ਬੱਸ ਹਮੇਸ਼ਾ ਯੈਲੋ ਹੀ ਕਿਉਂ? ਇਸ ਦੇ ਪਿੱਛੇ ਸਭ ਤੋਂ ਮੇਨ ਕਾਰਨ ਹੈ ਬੱਚਿਆਂ ਦੀ ਸੇਫਟੀ। ਹੁਣ ਤੁਹਾਡੇ ਦਿਮਾਗ ਵਿੱਚ ਸਵਾਲ ਉੱਠੇਗਾ ਕਿ ਬੱਚਿਆਂ ਦੀ ਸੇਫਟੀ ਦਾ ਯੈਲੋ ਕਲਰ ਨਾਲ ਕੀ ਸੰਬੰਧ? ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਯੈਲੋ ਕਲਰ ਇੱਕ ਅਜਿਹਾ ਕਲਰ ਹੈ ਜਿਹੜਾ ਕਿ ਆਪਣੀ ਆਈਜ਼ ਨੂੰ, ਆਪਣੀਆਂ ਅੱਖਾਂ ਨੂੰ ਆਪਣੇ ਵੱਲ ਸਭ ਤੋਂ ਜ਼ਿਆਦਾ ਆਕਰਸ਼ਿਤ ਕਰਦਾ ਹੈ, ਅਟਰੈਕਟ ਕਰਦਾ ਹੈ। ਮੰਨ ਲਓ, ਫੋਰ ਐਗਜ਼ਾਮਪਲ, ਕੋਈ ਬੱਸ ਟ੍ਰੈਫਿਕ ਵਿੱਚ ਜਾ ਰਹੀ ਹੈ ਤਾਂ ਆਪਣੀ ਨਿਗਾਹ ਸਭ ਤੋਂ ਪਹਿਲਾਂ ਬਾਕੀ ਵਹੀਕਲਾਂ ਦੀ ਬਜਾਏ ਯੈਲੋ ਕਲਰ ਵਾਲੀ ਬੱਸ 'ਤੇ ਜਾ ਕੇ ਸਭ ਤੋਂ ਪਹਿਲਾਂ ਡਿੱਗੇਗੀ। ਬੱਚਿਆਂ ਨੇ ਆਪਣੇ ਸਕੂਲ ਸਮੇਂ ਸਿਰ ਪਹੁੰਚਣਾ ਹੁੰਦਾ, ਇਸ ਕਰਕੇ ਟ੍ਰੈਫਿਕ ਯੈਲੋ ਕਲਰ ਦੀ ਸਕੂਲ ਬੱਸ ਦੇ ਕੇ ਉਹਨਾਂ ਨੂੰ ਰਸਤਾ ਦੇ ਸਕੇ ਅਤੇ ਬੱਚੇ ਆਪਣੇ ਸਕੂਲ ਟਾਈਮ ਸਿਰ ਪਹੁੰਚ ਸਕਣ, ਇਸ ਕਰਕੇ ਬੱਸ ਦਾ ਕਲਰ ਯੈਲੋ ਰੱਖਿਆ ਗਿਆ ਕਿਉਂਕਿ ਸਭ ਤੋਂ ਜ਼ਿਆਦਾ ਆਪਣੀਆਂ ਅੱਖਾਂ ਨੂੰ ਅਟਰੈਕਟ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜਦੋਂ ਧੁੰਦ ਦਾ ਮੌਸਮ ਹੁੰਦਾ, ਯਾਨੀ ਕਿ ਸਰਦੀਆਂ ਵਿੱਚ ਧੁੰਦ ਬਹੁਤ ਹੀ ਜ਼ਿਆਦਾ ਪੈਂਦੀ ਹੈ ਅਤੇ ਉਸ ਸਮੇਂ ਐਕਸੀਡੈਂਟ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਅਤੇ ਦੋਸਤੋ, ਪੀਲਾ ਰੰਗ ਇੱਕ ਅਜਿਹਾ ਰੰਗ ਹੈ ਜਿਹੜਾ ਕਿ ਧੁੰਦ ਵਿੱਚ ਵੀ ਸਭ ਤੋਂ ਜ਼ਿਆਦਾ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਧੁੰਦ ਤੋਂ ਇਲਾਵਾ ਗੱਲ ਕਰੀ ਰਾਤ ਦੀ, ਤਾਂ ਰਾਤ ਨੂੰ ਵੀ ਯੈਲੋ ਕਲਰ ਜਿਹੜਾ ਹੈਗਾ ਹਨੇਰੇ ਵਿੱਚ ਵੀ ਸਭ ਤੋਂ ਜ਼ਿਆਦਾ ਚਮਕਦਾ ਹੈ। ਇਸ ਕਰਕੇ ਦੋਸਤੋ, ਐਕਸੀਡੈਂਟ ਦੇ ਚਾਂਸਿਸ ਬਹੁਤ ਘੱਟ ਹੋ ਜਾਂਦੇ ਨੇ। ਬਸ ਇਸੇ ਕਰਕੇ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਚੱਲਦਿਆਂ ਸੁਪਰੀਮ ਕੋਰਟ ਨੇ ਸਕੂਲ ਬੱਸ ਦਾ ਕਲਰ ਯੈਲੋ ਵੀ ਤੈਅ ਕੀਤਾ ਸੀ। ਹੁਣ ਇੱਥੇ ਦੋਸਤੋ ਸਵਾਲ ਇੱਕ ਹੋਰ ਪੈਦਾ ਹੁੰਦਾ ਹੈ ਕਿ ਜੇਕਰ ਸਰਕਾਰ ਨੂੰ ਬੱਚਿਆਂ ਦੀ ਸੇਫਟੀ ਦੀ ਇੰਨੀ ਹੀ ਪਰਵਾਹ ਹੈ ਤਾਂ ਸਰਕਾਰ ਨੇ ਸਕੂਲ ਬੱਸ ਵਿੱਚ ਬੱਚਿਆਂ ਲਈ ਸੀਟ ਬੈਲਟਾਂ ਕਿਉਂ ਨਹੀਂ ਲਗਵਾਈਆਂ? ਇਸ ਦਾ ਕਾਰਨ ਦੋਸਤੋ ਇਹ ਹੈ ਕਿਉਂਕਿ ਸਕੂਲ ਬੱਸ ਦੀਆਂ ਸੀਟਾਂ ਆਮ ਵਹੀਕਲਾਂ ਨਾਲੋਂ ਜ਼ਿਆਦਾ ਉੱਚੀਆਂ ਹੁੰਦੀਆਂ ਹਨ ਅਤੇ ਇਸ ਕਰਕੇ ਜੇਕਰ ਰੱਬ ਨਾ ਕਰੇ ਕੋਈ ਐਕਸੀਡੈਂਟ ਹੁੰਦਾ ਹੈ ਜਾਂ ਫਿਰ ਕੋਈ ਕਾਰ ਅੱਗੇ ਆ ਕੇ ਵੱਜਦੀ ਹੈ ਤਾਂ ਉਸ ਦੇ ਨੀਚਲੇ ਹਿੱਸੇ ਨੂੰ ਹੀ ਨੁਕਸਾਨ ਪਹੁੰਚਾਏਗੀ। ਅਤੇ ਇਸ ਤੋਂ ਇਲਾਵਾ ਇਹ ਵੀ ਮੰਨਣਯੋਗ ਹੈ ਕਿ ਸਕੂਲ ਬੱਸ ਵਿੱਚ ਸਫ਼ਰ ਕਰਨਾ ਬਾਕੀ ਵਹੀਕਲਾਂ ਨਾਲੋਂ 40% ਜ਼ਿਆਦਾ ਸੁਰੱਖਿਅਤ ਹੈ। ਸੰਬੰਧ ਵਿੱਚ ਦੋਸਤੋ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਜ਼ਰੂਰ ਕਰਨਾ। ਹੋਰ ਵੀਡੀਓ ਦੇਖਦੇ ਰਹਿਣ ਲਈ ਲਾਹੌਰੀ ਰਿਕਾਰਡਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਨੋਟੀਫਿਕੇਸ਼ਨ ਬੈਲ ਵੀ ਜ਼ਰੂਰ ਔਨ ਕਰ ਲੈਣਾ। ਸੋ ਦੋਸਤੋ, ਹੁਣ ਤੁਹਾਡੇ ਆਪਣੇ ਸੁੱਖ ਬਾਠ ਨੂੰ ਆ ਗਿਆ, ਮਿਲਦੇ ਜਲਦ ਕਿਸੇ ਅਗਲੀ ਵੀਡੀਓ ਨਾਲ। ਤਦ ਤੱਕ ਲਈ ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।